ਹੈਲੋ, ਹਾਂਜੀ, ਕੀ ਹਾਲ ਹੈ ਜੀ ਸਾਰਿਆਂ ਦਾ? ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਅਮਨਦੀਪ ਟੀਵੀ ਜੀ। ਹਾਂਜੀ, ਅੱਜ ਆਪਣੇ ਸਾਹਮਣੇ ਜੀ ਇੱਕ ਪ੍ਰੋਬਲਮ ਆਈ ਹੈ ਜੀ। ਮੈਂ ਜਦ ਸਵੇਰੇ ਗੱਡੀ ਸਟਾਰਟ ਕੀਤੀ ਨਾ, ਮੇਰਾ ਕਲੱਚ ਚੰਗੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਸੀਗਾ ਜੀ, ਅਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਸ਼ਾਇਦ ਕਲੱਚ ਪਲੇਟਾਂ ਦਾ ਪ੍ਰੋਬਲਮ ਨਾ ਹੋ ਗਈ ਹੋਏ ਜਾਂ ਕਲੱਚ ਸਿਲੰਡਰ ਨਾਲ ਪ੍ਰੋਬਲਮ ਹੋ ਗਈ ਹੋਏ, ਕਲੱਚ ਸਿਲੰਡਰ ਦੀ ਨਾ, ਕਿਉਂਕਿ ਉਹ ਵੀ ਖਰਾਬ ਹੋ ਸਕਦਾ। ਅਤੇ ਮੈਂ ਜਦ ਚੈੱਕ ਕਰਕੇ ਦੇਖਿਆ ਮੈਨੂੰ ਨਾ ਬ੍ਰੇਕ ਆਇਲ ਘੱਟ ਲੱਗਿਆ ਇਹਦੇ 'ਚ, ਜਿਵੇਂ ਆਹ ਬ੍ਰੇਕ ਆਇਲ ਹੈ ਇਹਦਾ, ਅਤੇ ਜਿਹੜਾ ਉਹ ਕਲੱਚ ਆਇਲ ਹੁੰਦਾ ਸੇਮ ਹੁੰਦਾ ਬ੍ਰੇਕ ਆਇਲ ਦੇ ਕਲੱਚ ਆਇਲ, ਅਤੇ ਜਦ ਮੈਂ ਚੈੱਕ ਕਰਕੇ ਦੇਖਿਆ ਤਾਂ ਇਹਦੇ 'ਚ ਹੈ ਨਹੀਂ ਸੀਗਾ। ਹੁਣ ਤਾਂ ਮੈਂ ਪਾਤਾ ਇਹਦੇ ਵਿੱਚ ਬ੍ਰੇਕ ਆਇਲ, ਅਤੇ ਇਹਦੀ ਜਿਹੜੀ ਵਾਰਨਿੰਗ ਲਾਈਟ ਆਉਂਦੀ ਹੈ, ਉਹਦੀ ਬ੍ਰੇਕ ਆਇਲ ਦੀ ਵਾਰਨਿੰਗ ਲਾਈਟ ਆਉਂਦੀ ਹੈ, ਉਹ ਵੀ ਨਹੀਂ ਆ ਰਹੀ ਸੀਗੀ। ਤਾਂ ਮੈਂ ਫਿਰ ਦੇਖਿਆ ਵੀ ਪ੍ਰੋਬਲਮ ਕੀ ਹੋ ਸਕਦੀ ਹੈ, ਬਈ ਇਹਦੇ 'ਚ ਉਹ ਨਹੀਂ ਦਿਖਾ ਰਿਹਾ, ਪਰ ਉਹਦੇ ਵਿੱਚ ਬਾਅਦ ਦੇ 'ਚ ਦੇਖਿਆ ਜਿਹੜੀ ਆਹ ਹੁੰਦੀ ਹੈ, ਆਹ ਪਾਈਪ ਹੁੰਦੀ ਹੈ, ਆਹ ਇਹਦੀ ਕਲੱਚ ਵਾਲੀ ਪਾਈਪ ਹੈ, ਆਹ ਜਿਹੜੀ ਆ ਰਹੀ ਹੈ ਕਲੱਚ ਦੇ ਵਿੱਚ ਜਾ ਰਹੀ ਹੈ ਪਾਈਪ, ਆਹ ਵਾਲੀ ਪਾਈਪ ਆਹ ਇਹਦੇ ਨਾਲ ਅਟੈਚ ਹੈ, ਅਤੇ ਜਿਹੜੀ ਆ ਇਹਦੀ ਵਾਰਨਿੰਗ ਲਾਈਟ ਹੁੰਦੀ ਆਹ ਹੈ, ਉਰੇ ਲੱਗੀ ਹੋਈ ਵਾਰਨਿੰਗ ਲਾਈਟ, ਆਹ ਉੱਪਰ ਹੈ, ਆਹ ਨੀਚੇ ਹੈ, ਇਸ ਕਰਕੇ ਵਾਰਨਿੰਗ ਲਾਈਟ ਨਹੀਂ ਆ ਰਹੀ ਸੀਗੀ ਬਈ, ਤਾਂ ਇਸ ਕਰਕੇ ਕਲੱਚ ਵੀ ਆਪਣਾ ਕੰਮ ਨਹੀਂ ਚੰਗੀ ਤਰੀਕੇ ਨਾਲ ਕਰ ਰਿਹਾ ਸੀ। ਜਦ ਮੈਂ ਆਪਣਾ ਬਦਲਿਆ, ਤੇਲ ਪਾਇਆ ਵਿੱਚ, ਤਾਂ ਉਹ ਤੋਂ 4-5 ਮਿੰਟ ਬਾਅਦ ਜਦ ਮੈਂ ਗੱਡੀ ਡਰਾਈਵ ਕੀਤੀ ਤਾਂ ਆਟੋਮੈਟਿਕਲੀ ਮੇਰਾ ਕਲੱਚ ਓਕੇ ਹੋ ਗਿਆ। ਵੀ ਇਸ ਕਾਰਨ ਕਈ ਵਾਰ ਆਪਣੀ ਤੁਹਾਡੀ ਗੱਡੀ ਦੇ ਵਿੱਚ ਆਹ ਚੀਜ਼ ਆ ਸਕਦੀ ਹੈ, ਡਰੋ ਨਾ, ਕਿਉਂਕਿ ਕਈ ਵਾਰ ਬੱਤੀ ਨਹੀਂ ਆਉਂਦੀ ਹੈਗੀ ਬ੍ਰੇਕ ਆਇਲ ਦੀ, ਅਤੇ ਇਸ ਕਰਕੇ ਉਸ ਕਰਕੇ ਚੱਕਰ ਪੈ ਸਕਦਾ, ਅਤੇ ਤੁਸੀਂ ਬ੍ਰੇਕ ਆਇਲ ਪਾ ਦਿਓ ਅਤੇ ਤੁਹਾਡਾ ਕਲੱਚ ਓਕੇ ਹੋ ਸਕਦਾ। ਬਾਕੀ ਹੋਰ ਵੀ ਪ੍ਰੋਬਲਮ ਆ ਸਕਦੀ ਹੈ, ਪਰ ਮੇਨ ਤਾਂ ਪ੍ਰੋਬਲਮ ਆਈ ਹੁੰਦੀ ਹੈ, ਉਹ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ। ਠੀਕ ਹੈ ਜੀ, ਓਕੇ, ਥੈਂਕ ਯੂ।